ਕਲਪਨਾ ਚਾਵਲਾ ਦਾ ਜਨਮ 17 ਮਾਰਚ 1962 ਨੂੰ ਹਰਿਆਣਾ ਦੇ ਕਰਨਾਲ ਸ਼ਹਿਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਬਨਾਰਸੀ ਲਾਲ ਚਾਵਲਾ ਅਤੇ ਮਾਤਾ ਦਾ ਨਾਮ ਸੰਜੋਗਤੀ ਚਾਵਲਾ ਸੀ। ਕਲਪਨਾ ਆਪਣੇ ਪਰਿਵਾਰ ਵਿੱਚ 4 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਕਲਪਨਾ ਦੀ ਸ਼ੁਰੂਆਤੀ ਸਿੱਖਿਆ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈ। ਬਚਪਨ ਤੋਂ ਹੀ ਉਸਨੂੰ ਐਰੋਨੈਟਿਕ ਇੰਜੀਨੀਅਰ ਬਣਨ ਦਾ ਸ਼ੌਂਕ ਸੀ। ਉਸਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਜਾਂ ਅਧਿਆਪਕ ਬਣੇ, ਪਰ ਕਲਪਨਾ ਬਚਪਨ ਤੋਂ ਹੀ ਪੁਲਾੜ ਦੀ ਯਾਤਰਾ ਦੀ ਕਲਪਨਾ ਕਰਦੀ ਸੀ। ਕਲਪਨਾ ਚਾਵਲਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਹੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਉਹ ਐਰੋਨੋਟਿਕਲ ਇੰਜੀਨੀਅਰਿੰਗ ਵਿੱਚ ਅਗੇਰਲੀ ਪੜ੍ਹਾਈ ਕਰਨ ਦੇ ਲਈ 1982 ਵਿੱਚ ਅਮੈਰੀਕਾ ਚਲੀ ਗਈ। ਉਸਨੇ 1982 ਵਿੱਚ ਆਪਣੀ ਬੈਚਲਰ ਆਫ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ। ਅਰਲਿੰਗਟਨ ਯੂਨੀਵਰਸਿਟੀ ਤੋਂ 1984 ਵਿੱਚ ਐਰੋਨੋਟਿਕਲ ਇੰਜੀਨੀਅਰਿੰਗ ਵਿੱਚ ਮਾਸਟਰ ਆਫ ਸਾਇੰਸਿਸ ਦੀ ਡਿਗਰੀ ਪ੍ਰਾਪਤ ਕੀਤੀ। ਕਲਪਨਾ ਨੇ 1986 ਵਿੱਚ ਦੂਸਰੀ ਮਾਸਟਰ ਆਫ ਸਾਇੰਸ ਦੀ ਡਿਗਰੀ ਅਤੇ 1988 ਵਿੱਚ ਕੋਲੇਰਾਡੋ ਬੋਲਡਰ ਯੂਨੀਵਰਸਿਟੀ ਤੋਂ ਐਰੋਨੋਟਿਕਲ ਇੰਜੀਨੀਅਰਿੰਗ ਵਿੱਚ PhD ਕੀਤੀ। ਉਹ ਪੁਲਾੜ ਯਾਤਰੀ ਬਣਨ ਤੋਂ ਪਹਿਲਾਂ ਇੱਕ ਮਸ਼ਹੂਰ ਨਾਸਾ ਵਿਗਿਆਨਿਕ ਸੀ। ਕਲਪਨਾ ਕੋਲ ਪਾਇਲਟ ਹਵਾਈ ਜਹਾਜ਼ਾਂ, ਗਲਾਈਡਰਾਂ ਅਤੇ ਵਪਾਰਕ ਜਹਾਜ਼ਾਂ ਨੇ ਲਾਇਸੈਂਸ ਲਈ ਪ੍ਰਮਾਣਿਤ ਫਾਈਲਸ ਇੰਸਟ੍ਰਕਟਰ ਦਾ ਦਰਜਾ ਸੀ। ਕਲਪਨਾ ਨੇ ਸਾਲ 1993 ਚ ਪਹਿਲੀ ਵਾਰ ਨਾਸਾ ਚ ਅਪਲਾਈ ਕੀਤਾ ਸੀ, ਪਰ ਉਸਦਾ ਸਿਲੈਕਸ਼ਨ ਨਹੀਂ ਹੋ ਸਕਿਆ। ਉਸ ਤੋਂ ਬਾਅਦ ਵੀ ਕਲਪਨਾ ਨੇ ਹਾਰ ਨਹੀਂ ਮੰਨੀ। 1995 ਵਿੱਚ ਨਾਸਾ ਨੇ ਕਲਪਨਾ ਚਾਵਲਾ ਨੂੰ ਇੱਕ ਪੁਲਾਓ ਯਾਤਰੀ ਵਜੋਂ ਚੁਣਿਆ। ਹੁਣ ਕਲਪਨਾ ਚਾਵਲਾ ਦਾ ਸੁਪਨਾ ਪੂਰਾ ਹੋਣ ਵਾਲਾ ਸੀ। ਸਾਲ 1988 ਵਿੱਚ ਕਲਪਨਾ ਨੂੰ ਪਹਿਲੀ ਉਡਾਨ ਲਈ ਚੁਣਿਆ ਗਿਆ। ਕਲਪਨਾ ਨੇ ਆਪਣੀ ਪਹਿਲੀ ਪੁਲਾੜ ਯਾਤਰਾ ਦੌਰਾਨ 372 ਘੰਟੇ ਬਿਤਾਏ। ਇਸ ਘਟਨਾ ਤੋਂ ਬਾਅਦ ਉਸਦਾ ਨਾਂ ਇਤਿਹਾਸ ਵਿੱਚ ਦਰਜ ਹੋ ਗਿਆ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਡਾਕਟਰ ਨਿਧੀ ਧਈਆ ਨੇ ਦੱਸਿਆ ਕਿ ਕਲਪਨਾ ਚਾਵਲਾ ਕੋਲ ਸੁਪਨੇ ਅਤੇ ਉਸ ਨੂੰ ਪੂਰਾ ਕਰਨ ਦੀ ਸ਼ਖਸੀਅਤ ਸੀ। ਅਸੀਂ ਉਸਦੇ ਇਸ ਟੀਚੇ ਤੋਂ ਪ੍ਰੇਰਣਾ ਲਈ ਹੈ। ਕਲਪਨਾ ਤੋਂ ਪ੍ਰੇਰਣਾ ਮਿਲਦੀ ਹੈ ਕੁਛ ਕਰਨ ਲਈ। ਕਿਤੇ ਪਹੁੰਚਣ ਲਈ ਬਹੁਤ ਸਾਰੀਆਂ ਸਹੂਲਤਾਂ ਦੀ ਲੋੜ ਨਹੀਂ, ਕਿਸੇ ਵੱਡੇ ਸ਼ਹਿਰ ਦਾ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਇੱਕ ਛੋਟੀ ਜਿਹੀ ਥਾਂ ਰਾਹੀਂ ਮਜ਼ਬੂਤ ਇਰਾਦੇ ਨਾਲ ਟੀਚੇ ਤੱਕ ਪਹੁੰਚ ਸਕਦੇ ਹੋ। 1 ਫਰਵਰੀ 2003 ਨੂੰ ਪੁਲਾੜ ਵਿੱਚ 16 ਦਿਨ ਬਿਤਾਉਣ ਤੋਂ ਬਾਅਦ ਕਲਪਨਾ ਚਾਵਲਾ ਆਪਣੇ 6 ਹੋਰ ਸਾਥੀਆਂ ਨਾਲ ਧਰਤੀ 'ਤੇ ਪਰਤ ਰਹੀ ਸੀ ਜਦੋਂ ਉਹਨਾਂ ਦੇ ਯਾਨ ਦਾ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਚਾਵਲਾ ਸਮੇਤ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਕੋਲੰਬੀਆ ਹਾਦਸਾ ਪੁਲਾੜ ਹਾਦਸਿਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਭਾਰਤੀ ਅਮਰੀਕੀ ਅੰਤਰਿਕਸ਼ ਯਾਤਰੀ ਕਲਪਨਾ ਚਾਵਲਾ ਨਾ ਸਿਰਫ ਦੁਨੀਆ ਭਰ ਦੀਆਂ ਔਰਤਾਂ ਲਈ, ਸਗੋਂ ਉਹਨਾਂ ਸਾਰੀਆਂ ਲਈ ਜੋ ਪੁਲਾੜ ਯਾਤਰੀ ਬਣਨ ਦੀ ਇੱਛਾ ਰੱਖਦੇ ਹਨ, ਲਈ ਇੱਕ ਰੋਲ ਮਾਡਲ ਹੈ, ਇੱਕ ਉਦਾਹਰਣ ਹੈ, ਇੱਕ ਹਿੰਮਤ ਹੈ। ਉਸਦੀ ਕਹਾਣੀ ਆਉਣ ਵਾਲੇ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।